ਸਤਿ ਦੋਸਤੋ ਬੈਕ ਅਗੇਨ ਵਿਦ ਅਨਦਰ ਬਲੌਗ। ਉਮੀਦ ਕਰਦਾ ਸਾਰੇ ਠੀਕ ਠਾਕ ਹੋਣਗੇ ਅਤੇ ਠੀਕ ਠਾਕ ਆਪਣੇ ਘਰੇ ਹੋਣਗੇ। ਹਾਲ ਤੋਂ ਬਾਲਾਂ ਦੀ ਤਾਂ ਦੇਖ ਸਕਦੇ ਹਾਂ, ਮਤਲਬ ਠੀਕ ਨਹੀਂ ਦੁੱਖ ਥੋੜ੍ਹੀ। ਅਤੇ ਰਾਤ ਨੂੰ ਵੀਡੀਓ ਸ਼ੂਟ ਕਰਨ ਦਾ ਕਾਰਨ ਅੱਜ ਕੁਝ ਨਹੀਂ ਹੈ, ਬਸ ਸਵੇਰੇ ਸੁੱਤਾ ਸੀ ਤਾਂ ਅੱਜ ਦੀਵਾਲੀ ਹੈ ਸਾਰਿਆਂ ਨੂੰ ਅਤੇ ਨਾਲੇ ਬੰਦੀ ਛੋੜ ਦੀਆਂ ਲੱਖ ਲੱਖ ਮੁਬਾਰਕਾਂ ਦੀਵਾਲੀ ਦੀਆਂ ਵੀ। ਅਤੇ ਦੂਜੀ ਗੱਲ ਫਿਰ ਅੱਜ ਮੈਂ ਸੋਚਿਆ ਕਿ ਯਾਰ ਰਾਤ ਨੂੰ ਸ਼ੁਰੂ ਕਰਦੇ ਹਾਂ, ਕਿਉਂਕਿ ਮੇਰਾ ਪਲੈਨ ਨਹੀਂ ਸੀ ਅੱਜ ਵੀਡੀਓ ਦਾ। ਅਤੇ ਦਮਨ ਕਹਿੰਦਾ ਕੋਈ ਨਾ ਆ ਜਾ ਆਪਾਂ ਪਟਾਕੇ ਪਟੁਕੇ ਕੇ ਲੈ ਕੇ ਅਤੇ ਚਲਾਉਂਦੇ ਹਾਂ ਕੀ ਹਿਸਾਬ ਕਿਤਾਬ ਹੈ ਨਾ, ਕਰਦੇ ਹਾਂ ਦੀਵਾਲੀ ਆਪਾਂ ਹੀ ਗੁਰੂ ਘਰ ਜਾਂਦੇ ਹਾਂ। ਤੋ ਗੁਰੂ ਘਰ ਤੋਂ ਬਾਅਦ ਫਿਰ ਆਪਾਂ ਪਟਾਕੇ ਪਟੁਕੇ ਚਲਾਉਂਗੇ ਜਿਹੜਾ ਆਪਣਾ ਚਲਾਉਂਦੇ ਹੁੰਦੇ ਹਾਂ, ਕਿਉਂਕਿ ਇੰਡੀਆ ਵਾਲੇ ਤਾਂ ਪਟਾਕੇ ਨਹੀਂ ਮਿਲਦੇ, ਪਰ ਇੱਥੇ ਛੋਟੇ ਮਿਲ ਜਾਂਦੇ, ਵੱਡੇ ਵੀ ਆ ਬਟ ਜ਼ਿਆਦਾ ਰੇਟ ਦੇ ਆ। ਬਾਕੀ ਆਪਾਂ ਪਟਾਕੇ ਵਾਲੀ ਦੁਕਾਨ ਦੇ ਮੇਰੇ ਪਿੱਛੇ ਦੇਖ ਸਕਦੇ ਹਾਂ, ਰਾਤ ਨੂੰ ਖੁੱਲ੍ਹੀ ਆ। ਰਾਤ ਨੂੰ 6 ਵਜੇ ਗਏ ਆ ਅਤੇ ਹੁਣ ਆਪਾਂ ਜਾਵਾਂਗੇ, ਦੇਖਦੇ ਹਾਂ ਕਿੰਨਾ ਰੇਟ ਆ। ਰੇਟ ਘਟੇ ਹੋਏ ਅੱਗੇ ਨਾਲੋਂ, ਬਾਕੀ ਔਫਰ ਵੀ ਲੱਗੀ ਹੁੰਦੀ ਆ। ਆ ਜਾਓ ਆਪਾਂ ਅੱਗੇ ਜਾ ਕੇ ਦੇਖਦੇ ਹਾਂ। ਸਾਨੂੰ ਪਟਾਕੇ ਲੈ ਲਏ ਅਸੀਂ, ਜ਼ਿਆਦਾ ਨਹੀਂ ਲਏ, ਥੋੜ੍ਹੇ ਮੈਂ ਘੱਟ ਹੀ ਲਏ ਆ, ਫਿਰ ਵੀ ਸਹੀ ਆ ਨਾ। ਜਿੰਨੇ ਦੇ ਮਰ ਗਏ 27 ਯਾਰ ਉਹਦੇ ਲੱਗੇ ਮੇਰੇ, 27 ਇੰਡੀਆ ਦੇ ਕਿੰਨੇ ਬਣ ਗਏ ਲੈਟੇ ਗਾ ਗੱਡੀ ਦੀ ਮੰਡੀ 27 ਯਾਰ ਜ਼ਿਆਦਾ ਨਹੀਂ ਹੈ ਮਹਿੰਗੇ ਲਏ, ਕਿਉਂਕਿ ਯਾਰ ਤੁਹਾਨੂੰ ਪਤਾ ਹਾਲਾਤ ਵੀ ਠੀਕ ਨਹੀਂ ਆ, ਹੈ ਨਾ ਜਿਹੜੇ ਹਾਲਾਤਾਂ 'ਚ ਆਪਾਂ, ਪਰ ਵੀ ਚਲੋ 3000 ਦੇ ਆਉਣਾ ਪਿਆ, 3000 ਦੇ ਪਟਾਕੇ ਲਏ ਬਹੁਤ ਲੈ ਕੇ ਆ ਗਏ ਹਾਂ। ਅਤੇ ਪਟਾਕੇ ਚਲਾਉਣ ਲਈ ਸਾਨੂੰ ਲੈਟਰ ਚਾਹੀਦਾ ਆ, ਅਤੇ ਲੈਟਰ ਲੈਣ ਦੁਕਾਨ ਕੋਈ ਲੱਭੀ ਨਹੀਂ, ਪਰ ਚੀਨੀ ਵਾਲੀ ਇੱਥੇ ਮਿਲ ਗਈ, ਤੁਹਾਨੂੰ ਮੋੜ ਖੁੱਲ੍ਹੀ ਆ। ਅਤੇ ਹੁਣ ਚੀਨੀ ਵਾਲੀ ਜਾ ਕੇ ਲਵਾਂਗੇ, ਤੁਹਾਨੂੰ ਮੇਰੀ ਆਵਾਜ਼ ਘੱਟ ਆਉਂਦੀ, ਕਿਉਂਕਿ ਫੋਨ ਨਾਲ ਸ਼ੂਟ ਕਰਨਾ ਆਪਾਂ, ਅਤੇ ਆ ਜਾਓ ਨਾਲ, ਠੰਡ ਵੀ ਬਹੁਤ ਹੋ ਗਈ ਆ, ਮਾਸਕ ਪਾ ਲਵਾਂ। ਅਤੇ ਮਾਸਕ ਬਹੁਤ ਜ਼ਰੂਰੀ ਆ, ਲੋਕਡਾਊਨ ਦੇ ਵਿੱਚ ਪਟਾਕੇ ਚਲਾਉਣੇ ਆ, ਸਾਨੂੰ ਪੁਲਿਸ ਕਹੂਗੀ ਕਿ ਨਹੀਂ ਕਹੂਗੀ ਹਲੇ ਪਤਾ ਨਹੀਂ ਹੈ, ਕਿਉਂਕਿ ਦੇਖਦੇ ਕੋਈ ਜਗ੍ਹਾ ਲੱਭ ਲਏ ਜਿੱਥੇ ਦੂਰ ਤੱਕ ਕੋਈ ਪੈਟਰੋਲ ਪੰਪ ਨਾ ਹੋਵੇ, ਅਤੇ ਨਾ ਹੀ ਲੋਕਾਂ ਦੇ ਘਰ ਹੋਣ, ਕਿਉਂਕਿ ਸੁੱਤੇ ਹੋਣਗੇ, ਹੁਣ ਆਪਾਂ ਤੰਗ ਨਹੀਂ ਕਰਨਾ ਚਾਹੁੰਦੇ, ਪਹਿਲਾਂ ਆ ਕੇ ਅੰਦਰ ਆ ਕੇ। You've been on my mind for a minute, but now no more. But now no more. ਤੇ ਇਹਨਾਂ 'ਚ ਡਿਫਰੈਂਟ ਹੁੰਦੇ ਆ, ਕਈ ਹੈਗੇ 50 ਸੈਂਟ ਦੇ, ਅਤੇ ਆ 50 ਸੈਂਟ ਵਾਲੇ ਲੈ ਲੈਂਦੇ ਹਾਂ ਜ਼ਿਆਦਾ ਇਹਦੇ 'ਚ। The earth it bows and we are breathing better. Don't we move? It should improve. Stay at home over the phone. All is so quiet, too quiet. And there is chaos, chaos, chaos outside. ਇੱਥੇ ਲਾਈਟਾਂ ਲੁੱਟਾਂ ਦਾ ਵੀ ਆਪਾਂ ਲਾਈਟਾਂ ਨਾਲ ਕ੍ਰਿਸਮਿਸ, ਤੁਹਾਨੂੰ ਪਤਾ ਨੇੜੇ ਆ ਰਿਹਾ, ਕ੍ਰਿਸਮਿਸ ਵੀ ਲੈ ਸਕਦੇ ਹਾਂ। ਸਾਰੇ ਆਲਾ ਦੁਆਲਾ ਕ੍ਰਿਸਮਿਸ ਦਾ ਸਮਾਨ ਹੋਇਆ ਪਿਆ, ਦੇਖ ਲਓ ਇੱਥੇ ਜਿੰਨਾ ਵੀ ਆ, ਇੱਥੇ ਕ੍ਰਿਸਮਿਸ ਦਾ ਅਤੇ ਉੱਪਰ ਵੀ ਕ੍ਰਿਸਮਿਸ, ਲੋਕ ਆਪਣੇ ਘਰਾਂ ਦੇ ਆਲੇ ਦੁਆਲੇ ਲਾਉਂਦੇ ਆ, ਉਹ ਸਾਰਾ ਇੱਥੇ ਹੁੰਦਾ ਆ। ਅਤੇ ਬਸ ਇਹ ਸਮਾਨ ਹੁੰਦਾ, ਅਤੇ ਇੱਥੇ ਪਟਾਕੇ ਲਾਈਟਾਂ ਨੂੰ ਤਾਂ ਜੇ ਲੈ ਕੇ ਜਾਣੀ ਆ ਆਪਣੇ ਦੀਵਾਲੀ ਦੇ, ਉਹ ਵੀ ਲੈ ਕੇ ਜਾ ਸਕਦੇ, ਪਰ ਹੁਣ ਤਾਂ ਅੱਜ ਦੀਵਾਲੀ ਆ 14 ਤਰੀਕ ਦੀ, ਇੰਡੀਆ ਦਾ ਦੀਵਾਲੀ ਚੱਲ ਪਈ ਹੋਣੀ ਆ, ਅਤੇ ਪਟਾਕੇ ਲਗਾਉਂਦੇ ਹੋਣੇ ਆ, ਅਤੇ ਸਾਡਾ ਇੱਥੇ ਟਾਈਮ ਹੋ ਚੁੱਕਿਆ, 7 ਵੱਜ ਚੁੱਕਿਆ, ਫਿਰ ਵੀ ਇਹਨਾਂ ਨੇ ਹਨੇਰਾ ਹੈਗਾ ਆ। ਅਤੇ ਬਾਕੀ ਮੈਂ ਸਾਨੂੰ ਇੱਥੇ ਵੀਡੀਓ ਕਰ ਨਹੀਂ ਸਕਦੇ, ਉਹਨੇ ਫੋਨ ਕਰਤਾ ਕਿਸੇ ਨੂੰ, ਬਾਕੀ ਬਾਅਦ 'ਚ ਪਤਾ ਲੱਗਦਾ, ਬਾਕੀ ਦੇਖਦੇ ਆ। ਟਰ ਤਾਂ ਆਪਾਂ ਚੱਕ ਲਿਆ, ਸਾਰੇ ਚੱਲਦੇ ਆ, 3 ਚੱਕ ਲਏ, ਸਾਡੇ ਕੋਲ ਪੈਸੇ ਪਟਾਕੇ ਦੇ ਪੂਰੇ ਲੱਗ ਗਏ, ਅਤੇ ਹੁਣ ਪਟਾਕੇ ਵੀ ਚੰਗੇ ਰੱਖੇ ਆ, ਮਤਲਬ 3-4 ਵਾਰੀ ਲੈ ਲਏ ਆ। ਅਤੇ ਬਾਕੀ ਹੁਣ ਗੱਡੀ ਜਾ ਕੇ ਪਿਛਲੀ ਸਾਈਡ 'ਤੇ ਜਾਵਾਂਗੇ, ਉੱਥੇ ਨਾਲੇ ਲੋਕ ਵੀ ਘੱਟ ਆ, ਕਿਉਂਕਿ ਬਾਹਰ ਵੀ ਘੱਟ ਨਿਕਲੇ ਆ, ਮਾਸਕ ਲਾ ਲਵਾਂ, ਤਾਂ ਨਹੀਂ ਆਉਂਦਾ ਇੱਕ
ਅਤੇ ਬਾਕੀ ਹੁਣ ਪਟਾਕੇ ਚਲਾਉਂਦੇ ਕਿਤੇ ਜਗ੍ਹਾ 'ਤੇ ਕਿਉਂਕਿ ਮੈਂ ਯਾਰ ਸਵੇਰੇ ਅਜੇ ਸਾਰੀ ਵੀਡੀਓ ਰਾਤ ਹੀ ਸ਼ੂਟ ਕੀਤੀ ਗਈ ਹੈ, ਸਵੇਰੇ ਮੈਂ ਸ਼ੂਟ ਨਹੀਂ ਕੀਤੀ ਅਤੇ ਬਾਕੀ ਦੇਖਦੇ ਕਿੱਥੇ ਪਟਾਕੇ ਸਹੀ ਚੱਲਦੇ ਅਤੇ ਆਪਣੇ ਕਮੈਂਟ 'ਚ ਨਾਲ ਦੱਸਿਓ ਜਿਹੜੇ ਜਿਹੜੇ ਇੱਥੇ ਦੀਵਾਲੀ ਮਨਾਈ ਆ ਕਿੱਦਾਂ ਤੁਹਾਡੀ ਮਨੀ ਦਿਵਾਈ ਅਤੇ ਮੈਂ ਚਾਹੁੰਦਾ ਕਿ ਦੀਵਾਲੀ ਸਾਰਿਆਂ ਦੀ ਵਧੀਆ ਖੁਸ਼ੀਆਂ ਭਰੀਆਂ ਆਵੇ। ਨਾਲ ਵੀ ਹੁਣੇ ਆ ਦਮਨ ਆ ਸਾਰੇ ਹੈਗੇ ਆ ਰੇਟ ਦੱਸੀ ਜਾਣੇ ਕਿੰਨੇ ਦਾ ਆਇਆ, ਇਹ 4 ਯੂਰੋ ਦਾ ਆਇਆ ਤੇ ਨਾਲ ਰੇਟ ਵੀ ਦੱਸੀ ਜਾਣੇ ਆ। ਦੀਵਾਲੀ ਸਾਰਿਆਂ ਨੂੰ ਤੇ ਬਾਬਾ ਚੜ੍ਹਦੀ ਕਲਾ 'ਚ ਰੱਖੇ, ਇੰਜੋਏ ਕਰਦੇ ਹੋਏ। ਤੁਹਾਨੂੰ ਵੀ ਤੁਹਾਨੂੰ ਬੱਚੇ ਹੋ ਤੁਹਾਨੂੰ ਵੀ ਆਵਾਜ਼ ਤਾਂ ਬਹੁਤ ਪਟਾਕੇ ਕਰਦੇ ਪਏ ਆ ਅਤੇ ਆਪਣੇ ਇੱਥੇ ਲੋਕ ਵੀ ਇਕੱਠੇ ਹੋਣ ਲੱਗ ਪਏ, ਫੈਕਟਰੀਆਂ ਵਾਲੇ ਤੋਂ ਦੇਖੀ ਜਾਂਦੇ ਹਾਂ ਵੀ ਸਾਨੂੰ ਤੰਗ ਕਰਦੇ ਪਏ ਆ। ਜਿੰਨੇ ਸਹੀ ਸਾਰੇ ਪਟਾਕੇ ਚਲਾ ਲਏ ਆ, ਬਾਕੀ ਅੱਧੇ ਅੱਧੇ ਪਏ ਆ ਅੱਧੇ ਅਤੇ ਬਾਕੀ ਅਸੀਂ ਚਲਾਈ ਜਾਣੇ ਹੌਲੀ ਹੌਲੀ। ਅਤੇ ਉਮੀਦ ਕਰਦਾ ਤੁਸੀਂ ਵੀ ਤੁਹਾਡੀ ਦੀਵਾਲੀ ਵਧੀਆ ਲੰਘੀ ਹੋਊਗੀ ਅਤੇ ਖੁਸ਼ੀਆਂ ਭਰੀ ਆਏ ਲੰਘੀ ਹੋਊਗੀ ਅਤੇ ਸਾਰੇ ਪਰਿਵਾਰ ਆਪਣੇ ਰਲ ਮਿਲ ਕੇ ਅਤੇ ਕੀ ਪਟਾਕੇ ਚਲਾਉਂਦੇ ਹੁੰਦੇ। ਮੇਰੇ ਯਾਰ ਮਾੜੀ ਇੱਥੇ ਲੱਗ ਗਈ ਨੱਕ ਤੇ, ਇੱਥੇ ਮਾੜੀ ਟੱਚ ਹੋ ਗਿਆ ਅਤੇ ਕਿਉਂਕਿ ਪਟਾਕਾ ਜਿਹੜਾ ਹੋਣਾ ਉਹ ਦੂਜਾ ਨੇੜੇ ਆ ਕੇ ਚੱਲਿਆ, ਮੇਰੇ 'ਤੇ ਵਾਲ ਵੀ ਥੋੜ੍ਹਾ ਮਾੜੀ ਜਿਹਾ ਦੂਰ ਹੋ ਗਿਆ। ਅਤੇ ਤੁਸੀਂ ਵੀ ਦੀਵਾਲੀ ਜਦੋਂ ਯੂਜ਼ ਕਰਦੇ ਹੋ ਪਟਾਕੇ ਦੂਰ ਰੱਖਿਆ ਕਰੋ ਅਤੇ ਕਿਉਂਕਿ ਨੇੜੇ ਨਾ ਆਇਆ ਵੀ ਗਲਤਾਂ ਨਾ ਕਰਿਆ ਕਰੋ ਜਦੋਂ ਮੈਂ ਕਰਦਾ ਰਿਹਾ, ਅਤੇ ਮੇਰੇ ਕਰਕੇ ਥੋੜ੍ਹੇ ਜਿਹੇ ਵਾਲ ਜੇ ਅਤੇ ਨੱਕ 'ਚ ਥੋੜ੍ਹਾ ਸੱਟ ਲੱਗ ਗਈ। ਬਾਕੀ ਬਸ ਦੇਖਿਓ ਵਾਜ ਕਿੱਦਾਂ, ਇੱਦਾਂ ਦੇ ਪਟਾਕੇ ਚਲਾਉਣ ਦਾ ਸਵਾਦ ਇੰਡੀਆ ਥੋੜ੍ਹਾ ਆ ਜਾਂਦਾ, ਪਰ ਇੰਡੀਆ ਯਾਰ ਜ਼ਿਆਦਾ ਤਕੜੇ ਪਟਾਕੇ ਆ। ਬਾਕੀ ਆਪਣਾ ਆਪਣਾ ਇੰਜੋਏ ਪਟਾਕੇ ਦੇਖ ਲਓ, ਤਾਂ ਇੱਥੇ ਕਿੰਨਾ ਭਰਿਆ ਹੋਇਆ ਸੀ ਸਾਰਾ, ਆਪਦੇ ਪਟਾਕਿਆਂ ਦੇ ਛੋਟੇ ਛੋਟੇ ਪਏ ਆ ਅਤੇ ਅੱਧੇ ਵੀ ਆਹ ਵੀ ਪਏ, ਹਫ਼ਤੇ ਬਾਅਦ ਦੀਆਂ ਦੋ ਸੀ ਤਿੰਨ ਤਰ੍ਹਾਂ ਦੀਆਂ ਉਹ ਵੀ ਸਾਰੀਆਂ ਚਲਾ ਲਈਆਂ ਅਤੇ ਬਸ ਆਲਮੋਸਟ ਸਾਰੇ ਪਟਾਕੇ ਖਤਮ ਹੋ ਗਿਆ। ਬਾਕੀ ਆਹ ਵੀ ਸੀ, ਇਹ ਵੀ ਸਾਰੇ ਤੁਸੀਂ ਦੇਖੇ ਹੋਣੇ ਵੀਡੀਓ 'ਚ, ਪਾਣੀ ਮੈਂ ਸ਼ੂਟ ਕੀਤੀ ਕਿ ਨਹੀਂ ਕੀਤੀ ਮੈਨੂੰ ਪਤਾ ਨਹੀਂ ਆ, ਬਾਕੀ ਸਾਰੇ ਪਟਾਕੇ ਯੂਜ਼ ਕਰ ਲਏ ਆ। ਹੁਣ ਸਾਰਾ ਸਾਨੂੰ ਖਿਲਾਰਾ ਚੱਕਣਾ ਪੈਣਾ, ਇੰਡੀਆ ਹੁੰਦਾ ਇੰਡੀਆ ਕੋਈ ਚੱਕ ਕੇ ਛੱਡ ਦਿੰਦੇ ਆ ਅਤੇ ਆਪਣੇ ਕੋਈ ਆ ਜਾਂਦਾ ਵੀ ਇਹ ਚੱਕਦੇ ਆ, ਪਰ ਸਾਨੂੰ ਇੱਥੇ ਆਪਣਾ ਚੱਕਣਾ ਪੈਣਾ ਸਾਰਾ ਖਿਲਾਰਾ ਗੱਡੀ ਪਾ ਕੇ ਬਥੂੜੇ ਜਿੱਥੇ ਹੈਗੇ ਉੱਥੇ ਸੁੱਟਣਾ, ਕਿਉਂਕਿ ਇੱਥੇ ਸਫਾਈ ਵੀ ਜ਼ਰੂਰੀ ਆ, ਕਿਉਂਕਿ ਸਾਨੂੰ ਇਸ ਵਾਲੇ ਕਹਿ ਸਕਦੇ ਕਿ ਸਫਾਈ ਕਦ ਨਹੀਂ ਕਰਕੇ ਗਏ ਕਰਕੇ, ਟਾਈਮ ਨਾਲੇ 8 ਵਜੇ ਚੁੱਕੇ ਆ, 10 ਵਜੇ ਤੱਕ ਅਸੀਂ ਬਾਹਰ ਰਹਿ ਸਕਦੇ ਹਾਂ, ਉਸ ਤੋਂ ਬਾਅਦ ਨਹੀਂ ਬਾਹਰ ਰਹਿ ਸਕਦੇ। ਬਾਕੀ ਜਦੋਂ ਪਟਾਕੇ ਤੜ ਤੜ ਤਾਂ ਚੱਲੀ ਜਾਂਦੇ ਆ ਤੁਸੀਂ
ਟਰੱਕ ਵੁਰਕ ਚਲਾਉਣ ਤੋਂ ਬਾਅਦ ਹੁਣ ਖਾਣ ਪੀਣ ਦਾ ਪੇਟ ਪੂਜਾ ਵੀ ਕਰ ਲਈਏ ਅਤੇ ਇੱਥੇ ਆਏ ਹਾਂ ਕੈਪਰੀ ਪੀਜ਼ਾ ਪੀਜ਼ਾ ਕੈਪਰੀ ਇੱਥੇ ਆਏ ਹਾਂ ਅਤੇ ਹੁਣ ਇੱਥੇ ਔਡਰ ਦਿੱਤਾ ਖਾਣ ਪੀਣ ਦਾ ਨਾਲ ਆ ਵੀ ਨਾਲ ਦਮਨ ਅਤੇ ਸਾਰੇ ਜਾਣੇ ਇੱਥੇ ਹੈਗੇ ਆ ਖਾਣ ਪੀਣ ਤਾਂ ਦੇਖਦੇ ਹਾਂ ਇੱਥੇ ਅੰਦਰ ਖਾ ਨਹੀਂ ਸਕਦੇ ਅੰਦਰ ਖਾਣ ਦਾ ਕਿਉਂਕਿ ਕਹਿੰਦੇ ਨਹੀਂ ਖਾ ਸਕਦੇ 10 ਵਜੇ ਬੰਦ ਕਰ ਦੇਣਾ ਸਾਨੂੰ ਕੋਈ ਜਗ੍ਹਾ ਦੇਖਣੀ ਪੈਣੀ ਆ ਬਾਹਰ ਜਿੱਥੇ ਟੇਬਲ ਲੱਗੇ ਹੋਣ ਖਾ ਸਕੀਏ ਆਰਾਮ ਨਾਲ ਰਿਲੈਕਸ ਹੋ ਕੇ ਅਤੇ ਉਹ ਲੱਭਦੇ ਹਾਂ ਬਾਕੀ ਹਲੇ ਔਡਰ ਦਿੱਤਾ ਮੈਂ ਆਪਣਾ ਪਾਸਤਾ ਇਹਨਾਂ ਨੇ ਪੀਜ਼ੇ ਖਾਣੇ ਆ ਦੇਖਦੇ ਕਿੰਨੇ ਦਾ ਕੀ ਹਿਸਾਬ ਕਿਤਾਬ ਆ ਬਾਕੀ ਰੇਟ ਅੱਗੇ ਨਾਲੋਂ ਘੱਟੇ ਹੋਏ ਆ ਕਿਉਂਕਿ ਕਰੋਨਾ ਕਰਕੇ ਲੋਕ ਘੱਟ ਆਉਂਦੇ ਇਹਨਾਂ ਦੇ ਫੇਰ 'ਤੇ ਵੀ ਜ਼ਿਆਦਾ ਲਾਏ ਹੁੰਦੇ ਆ ਆਪਣੇ ਨੋਰਮਲ ਦੁਕਾਨਾਂ 'ਚ ਕਿ ਹਾਂ ਵੀ ਲੋਕ ਜ਼ਿਆਦਾ ਖਿੱਚੇ ਹੋਣ ਜਿੱਦਾਂ ਵਧੀਆ ਗੱਲ ਉਹ ਵੀ ਸਾਡੇ ਲਈ ਵੀ ਫਾਇਦਾ ਹੈ ਨਾ ਕਿ ਰੇਟ ਅੱਗੇ ਨਾਲੋਂ ਘੱਟ ਆ ਬਾਕੀ ਲੋਕ ਕੋਈ ਵੀ ਨਹੀਂ ਅੰਦਰ ਟੇਬਲ ਟੂਬਲ ਲੱਗੇ ਹੈ ਕੁਰਸੀਆਂ ਚੱਕੀਆਂ ਹੋਈਆਂ ਕਿ ਬਹਿ ਨਹੀਂ ਸਕਦੇ ਕਈ ਲੋਕ ਇੱਥੇ ਬਾਹਰ ਵੀ ਕੁਰਸੀਆਂ ਲੱਗੀਆਂ ਹੁੰਦੀਆਂ ਨਹੀਂ ਉਹਨੇ ਨਹੀਂ ਮਨਾ ਕੀਤਾ ਆ ਦੇਖਦੇ ਕਿੰਨਾ ਚਿਰ ਚੱਲਦਾ ਨਾਲ ਸਰਕਾਰ ਨਾਲ ਧੱਕਾ ਤਾਂ ਕਰ ਨਹੀਂ ਸਕਦੇ ਤਾਂ ਆਪਾਂ ਨੂੰ ਮੰਨਣਾ ਹੀ ਪੈਣਾ ਇੰਡੀਆ ਦੇ ਭਾਰੇ ਖੁੱਲ੍ਹ ਗਿਆ ਇੰਡੀਆ ਦਾ ਨੋਰਮਲ ਵਿਆਹ ਵੀ ਚੱਲ ਪਏ ਆ ਪਰ ਇੱਥੇ ਇੱਦਾਂ ਨਹੀਂ ਸਮਾਨ ਸਮੂਨ ਰੱਖਿਆ ਇੱਥੇ ਬਾਹਰ ਹਲੇ ਟਾਈਮ ਹੈਗਾ 10 ਵਜੇ ਵੱਜੇ ਨਹੀਂ ਆ ਪਹਿਲੇ ਹੀ ਸ਼ੁਰੂਆਤ ਕਰਨ ਲੱਗੇ ਹਾਂ ਤਾਂ ਕਿਉਂਕਿ ਪੁਲਿਸ ਵਾਲੇ ਤੁਹਾਨੂੰ ਕੁਛ ਕਹਿ ਨਹੀਂ ਸਕਦੇ ਤੁਸੀਂ ਬਾਹਰ ਕਦੇ ਆ ਅਤੇ ਨਾਲੇ 10 ਜਣੇ ਤੋਂ ਬੰਦੇ ਜ਼ਿਆਦਾ ਇਕੱਠੇ ਹੋ ਨਹੀਂ ਸਕਦੇ ਇਸ ਕਰਕੇ 10 ਨਾਲ ਘੱਟ ਹੀ ਆ ਬਾਕੀ 4 ਪੀਜ਼ੇ ਆ ਪਾਸਤਾ ਮੈਂ ਆਪਣੇ ਲੈ ਲਿਆਂਦਾ ਆ ਇੱਥੇ ਪਾਰਕ ਦੇ ਵਿੱਚ ਖਾਣ ਲੱਗੇ ਹਾਂ ਅਤੇ ਨਾਲੇ ਦਿਵਾਲੀ ਇੱਦਾਂ ਨਹੀਂ ਛੋਟੀ ਦਿਵਾਲੀ ਇਹੀ ਹੁੰਦੀ ਆ ਦਿਵਾਲੀ ਮਨਾ ਹੋ ਜਾਣੀ ਸਾਡੀ ਅਤੇ ਉਮੀਦ ਕਰ ਤੁਹਾਨੂੰ ਵਧੀਆ ਲੱਗੀ ਜੇ ਵੀਡੀਓ ਜੇ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਜਿਹੜੇ ਨਹੀਂ ਲਾਈਕ ਕਰਦੇ ਯਾਰ ਲਾਈਕ ਕਰਕੇ ਜਾਇਆ ਕਰੋ ਹੌਸਲੇ ਵੱਧ ਇੱਦਾਂ ਨਾਲੇ ਸਾਡੇ ਅਤੇ ਹੋਰ ਵੀਡੀਓ ਕਰਨ ਦਾ ਵਧੀਆ ਵਧੀਆ ਤੁਹਾਨੂੰ ਮੌਕਾ ਮਿਲੂਗਾ ਤੁਹਾਨੂੰ ਦੇਖਣ ਦਾ ਅਤੇ ਜਿਹੜਾ ਸਬਸਕ੍ਰਾਈਬ ਨਹੀਂ ਕਿਆ ਲੈਣ ਕੀਤਾ ਮੇਰਾ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਲਿਓ ਸ਼ੇਅਰ ਕਰ ਲਿਓ ਅਤੇ ਮਿਲਦੇ ਹਾਂ ਨੈਕਸਟ ਵੀਡੀਓ 'ਚ।